ਸਸਿਕਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਟੌਮ ਸ਼ਾਇਰ ਦੇ ਕਾਲਨਾਮੇ ਮਾਰਕਟ ਵੈਨ ਦਾ ਐਡਵੈਂਚਰ ਆਫ ਟੌਮ ਸ਼ਾਇਰ ਅਨੁਵਾਦ ਪ੍ਰੋਫੈਸਰ ਅਸ਼ਰੂ ਸਿੰਘ ਪ੍ਰਕਾਸ਼ ਕੀ ਅਮਰੀਕਨ ਸਹਿਤ ਦੇ ਹਰਮੋਰ ਹਾਸਰਾਸ ਲੇਖਕ ਮਾਰਕਟ ਵੈਨ ਦਾ ਜਨਮ ਅਮਰੀਕਾ ਦੇ ਇੱਕ ਛੋਟੇ ਜਿਹੇ ਨਗਰ ਫਲੋਰੀਡਾ ਵਿੱਚ 3 ਨਵੰਬਰ ਸਾਲ 1835 ਨੂੰ ਹੋਇਆ। ਉਸ ਦਾ ਅਸਲੀ ਨਾਮ ਸੈਮੀਓਲ ਲੈਗ ਹੋਰਨ ਕੈਲੀਮਨੇਜ ਸੀ ਅਤੇ ਮਾਰਕਟ ਵੈਨ ਉਸ ਦਾ ਕਲਮੀ ਨਾਮ ਹੈ। ਉਸ ਨੇ ਆਪਣੇ ਸਾਰੀਆਂ ਲਿਖਤਾਂ ਇਸ ਨਾਮ ਹੇਠ ਹੀ ਲਿਖੀਆਂ। ਮਾਰਕ ਟਵੈਨ ਦੀ ਉਮਰ ਹਲੇ 12 ਸਾਲ ਦੀ ਹੀ ਸੀ ਜਦ ਉਹਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਨੂੰ ਆਪਣੀ ਸਕੂਲ ਦੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਉਸ ਨੇ ਬਹੁਤ ਸਾਰੇ ਕਿੱਤੇਆਂ ਤੇ ਹੱਥ ਅਜਮਾਈ ਕੀਤੀ ਪਰ ਕਿਸੇ ਵਿੱਚ ਵੀ ਖਾਸ ਸਫਲਤਾ ਹਾਸਲ ਨਾ ਹੋਈ ਉਹ ਇੱਕ ਸ਼ਾਪਕ ਪੱਤਰਕਾਰ ਸਫਰਨਾਮਾ ਲੇਖਕ ਅਤੇ ਪ੍ਰਕਾਸ਼ਕ ਬਣਿਆ ਚਾਰ ਸਾਲ ਉਹ ਮਿਸਿਸਿਪੀ ਦਰਿਆ ਵਿੱਚ ਟਾਈਮਰ ਚਲਾਉਂਦਾ ਰਿਹਾ ਅਤੇ ਉਸ ਤੋਂ ਬਾਅਦ ਉਸਨੇ ਅਖਬਾਰਾਂ ਲਈ ਖਾਸ ਰਸੀ ਨਵੰਦ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਮਾਰਕਟ ਵੈਨ ਦੀਆਂ ਮੋਡਲੀਆਂ ਲਿਖਤਾਂ ਵਿੱਚ ਤਿੰਨ ਸਫਰਨਾਮੇ ਦਾ ਇਨਸੋ ਟੈਂਸ ਅਬਰਾਡ ਦਾ ਇਨਸੋ ਇਨੋਸੈਂਸ ਐਟ ਹੋਮ ਅਤੇ ਏ ਟ੍ਰੈਪ ਟ੍ਰਿਪ ਅਬਰਾਡ ਸ਼ਾਮਲ ਹਨ ਪਾਵੇਂ ਉਸ ਦੀਆਂ ਸਾਰੀਆਂ ਹੀ ਰਚਨਾਵਾਂ ਨੂੰ ਪਾਟਕਾਂ ਨੇ ਖੂਬ ਸਲਾਇਆ ਤੇ ਮਾਨਿਆ ਪਰ ਉਹ ਇੱਕ ਲੇਖਕ ਵੱਜੋਂ ਪੂਰੀ ਤਰ੍ਹਾਂ ਸਤਾਫਤ ਆਪਣੇ ਪ੍ਰਸਿੱਧ ਨਾਵਲਾਂ ਦਾ ਐਡਵੈਂਚਰਸ ਆਫ ਟਾਉਮ ਸ਼ਾਇਰ ਅਤੇ ਡਾ ਐਡਵੈਂਚਰਸ ਆਫ ਹਕਲਵੇਰੀ ਫੈਨ ਨਾਲ ਹੀ ਹੋਇਆ ਇਹ ਦੋਨੋਂ ਹੀ ਨਾਵਲ ਬਾਲਮਨਾ ਵਿੱਚ ਉਪਜਣ ਬਾਲੀਆਂ ਭੋਲੀਆਂ ਪਾਲੀਆਂ ਸ਼ਰਾਰਤਾਂ ਚੰਚਲਤਾਵਾਂ ਅਤੇ ਮौज-ਮਸਤੀਆਂ ਦਾ ਬਹੁਤ ਹੀ ਰੋਚਕ ਵਰਣਨ ਕਰਦੇ ਹਨ ਅਤੇ ਇਹਨਾਂ ਵਿੱਚ ਇਤਨਾ ਹਾਸ ਬਿਆੰਗ ਪਟਾਕਸ਼ ਅਤੇ ਪ੍ਰਸੰਨ ਹੈ ਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਇਹਨਾਂ ਦਾ ਭਰਪੂਰ ਆਨੰਦ ਮਾਣ ਸਕਦਾ ਹੈ ਇਹ ਪਤਾ ਹੀ ਨਹੀਂ ਚੱਲਦਾ ਕਿ ਲੇਖਕ ਕਦ ਹਲਕੇ-ਫੁਲਕੇ ਮਜ਼ਾਕ ਤੋਂ ਗੰਭੀਰ ਹਸਰਾਸ ਵਿੱਚ ਪਹੁੰਚ ਜਾਂਦਾ ਹੈ ਅਤੇ ਕਦ ਗੰਭੀਰ ਕਿਸਮ ਦੇ ਹਸਰਾਸ ਨੂੰ ਹਲਕੇ-ਫੁਲਕੇ ਮਨੋਰੰਜਨ ਵਿੱਚ ਬਦਲ ਦਿੰਦਾ ਹੈ ਅਸਲ ਵਿੱਚ ਇਹ ਦੋਨੋਂ ਪਾਤਰ ਆਧੁਨਿਕ ਹੈਰੀ ਪੌਟਰ ਦੇ ਪੂਰਵਜ ਹੀ ਝਪਦੇ ਹਨ ਦਾ ਪ੍ਰਿੰਸ ਐਂਡ ਦਾ ਪਪਰ ਅਤੇ ਦਾ ਕਨਕੀਟ ਜੰਕੀ ਇਨ ਕਿੰਗ ਆਰਥਰ ਕੋਟ ਉਸ ਦੀਆਂ ਦੋ ਹੋਰ ਪ੍ਰਸਿੱਧ ਪੁਸਤਕਾਂ ਹਨ ਦਾ ਐਡਵੈਂਚਰਸ ਆਫ ਟਾਮ ਸ਼ਾਇਰ ਮਾਰਕਟ ਵੈਨ ਦਾ ਪਹਿਲਾ ਪੂਰਾ ਨਾਵਲ ਸੀ ਅਤੇ ਇਸ ਨੂੰ ਸਾਹਿਤ ਦਾ ਲਿੰਕਨ ਲਿੰਕਨ ਆਫ ਲਿਟਰੇਚਰ ਕਹਿ ਕੇ ਨਵਾਜਿਆ ਗਿਆ ਇਹ ਨਾਵਲ ਸਨ 1876 ਵਿੱਚ ਪ੍ਰਕਾਸ਼ਿਤ ਹੋਇਆ ਤੇ ਇਸ ਦੇ ਪ੍ਰਕਾਸ਼ਿਤ ਹੁੰਦੇ ਹੀ ਇਸ ਨੇ ਪਾਠਕਾਂ ਵਿੱਚ ਅਜੇਹੀ ਮਕੂਬਲੀਅਤ ਹਾਸਲ ਕੀਤੀ ਕਿ ਇਸ ਨੇ ਲੇਖਕ ਨੂੰ ਰਾਤੋ-ਰਾਤ ਹੀ ਪ੍ਰਸਿੱਧ ਕਰ ਦਿੱਤਾ ਉਸ ਦੇ ਸਾਰੇ ਰੋਣੇ ਧੋਣੇ ਦੂਰ ਕਰ ਦਿੱਤੇ ਇਸ ਵਿੱਚ ਇੱਕ ਬਹੁਤ ਹੀ ਚੁਸਤ ਦਿਮਾਗ ਨਿਹਦਰ ਅਤੇ ਕਤਤੀ ਬੱਚੇ ਦਾ ਅਜਿਹਾ ਪਾਤਰ ਚਿੱਤਰਣ ਕੀਤਾ ਗਿਆ ਹੈ ਕਿ ਅਸੀਂ ਨਾਵਲ ਲਿਖੇ ਜਾਣ ਤੋਂ ਤਕਰੀਬਨ 130-32 ਸਾਲ ਬਾਦ ਅੱਜ ਵੀ ਇਸ ਦਾ ਆਨੰਦ ਮਾਣ ਸਕਦੇ ਹਾਂ ਕਈ ਵਾਰ ਸਾਨੂੰ ਆਪਣੇ ਬਚਪਨ ਵਿੱਚ ਕੀਤੀਆਂ ਸ਼ਰਾਰਤਾਂ ਯਾਦ ਆਉਂਦੀਆਂ ਹਨ ਅਤੇ ਕਈ ਵਾਰ ਅਸੀਂ ਖੁਦ ਬੱਚੇ ਨਾਲ ਬੱਚਾ ਬਣਨ ਦੀ ਚੇਸਤਾ ਕਰਦੇ ਹਾਂ ਮਾਰਕਟ ਵੈਨ ਇੱਕ ਬਹੁਤ ਹੀ ਸਫਲ ਕਥਾਕਾਰ ਸੀ ਇੱਕ ਹਾਸ ਰਸੀ ਲੇਖਕ ਵੱਜੋਂ ਜੋ ਪ੍ਰਸਿੱਧੀ ਉਸ ਨੂੰ ਹਾਸਲ ਹੋਈ ਉਹ ਬਹੁਤ ਘੱਟ ਲੇਖਕਾਂ ਦੇ ਹਿੱਸੇ ਆਈ ਹੈ ਉਸ ਦੀ ਬੋਲੀ ਅਤੇ ਸ਼ੈਲੀ ਵਿੱਚ ਅਜਿਹਾ ਜਾਦੂ ਹੈ ਕਿ ਉਹ ਪਾਠਕਾਂ ਨਾਲ ਡੂੰਘਾ ਰਿਸ਼ਤਾ ਸਥਾਪਿਤ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਗਿੱਲ ਲੈਂਦਾ ਹੈ ਕਿ ਉਸ ਦੇ ਪ੍ਰਵਅਵਦ ਮੋਗਤ ਨਹੀਂ ਹੋ ਸਕਦੇ ਬਾਲ ਮਨਾਦੀਆਂ ਪਰਤਾ ਫਰੋਲਨ ਵਿੱਚ ਤਾਂ ਉਸ ਦਾ ਕੋਈ ਵੀ ਸਾਨੀ ਨਹੀਂ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਅੱਜ ਵੀ ਅਮਰੀਕਾ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਲੇਖਕਾਂ ਦੀ ਕਤਾਰ ਵਿੱਚ ਸ਼ਾਮਲ ਹੈ ਹੁਸੈਨ ਨੇ ਨਾਵਲਾਂ ਤੇ ਸਫਰਨਾਮਿਆਂ ਤੋਂ ਇਲਾਵਾ ਬਹੁਤ ਸਾਰੀਆਂ ਕਹਾਣੀਆਂ ਨਵਿੰਦਾਂ ਦੀ ਵੀ ਰਚਨਾ ਕੀਤੀ ਹੈ ਤੇ ਜੀਵਨ ਦੇ ਕਠੋਰ ਜਥਰਤ ਨਾਲ ਹਲਕੇ ਫੁਲਕੇ ਢੰਗ ਨਾਲ ਨਜਿੱਠੇ ਆ ਜੀਵਨ ਦੇ ਆਖਰੀ ਸਾਲਾਂ ਵਿੱਚ ਉਸ ਨੂੰ ਆਪਣੇ ਕਰਜ਼ੇ ਉਤਾਰਨ ਲਈ ਬਹੁਤ ਸਾਰੇ ਲੈਕਚਰ ਦੇਣ ਵੀ ਜਾਣਾ ਪਿਆ ਉਸ ਦੀ ਸਾਲ 1910 ਵਿੱਚ ਕਨਕੇ ਤੇ ਕਟਾ ਵਿੱਚ ਮੌਤ ਹੋਈ ਅਤੇ ਉਹ ਆਪਣੇ ਪਿੱਛੇ ਆਪਣੇ ਸਮੇਂ ਦੇ ਅਮਰੀਕਨ ਜੀਵਨ ਜਾਂਚ ਤੇ ਭਾਵਨਾ ਦੀ ਇੱਕ ਬਹੁਤ ਹੀ ਬਲੱਖਣ ਅਤੇ ਕਦੇ ਵੀ ਨਾ ਭੁੱਲਣ ਵਾਲਾ ਵਿਰਸਾ ਛੱਡ ਗਏ ਹਤਲਾ ਅਨੁਵਾਦ ਉਸਦੇ ਪੂਰੇ ਨਾਵਲ ਦਾ ਅਨੁਵਾਦ ਨਹੀਂ ਹੈ ਸਗੋ ਉਸ ਦਾ ਸਰਲ ਤੇ ਸੰਖੇਪ ਰੂਪ ਹੈ ਉਸ ਦਾ ਉਦੇਸ਼ ਪਾਟਕਾਂ ਨੂੰ ਅਮਰੀਕਾ ਦੇ ਇਸ ਮਹਾਨ ਲੇਖਕ ਦੀ ਪ੍ਰਸਿੱਧ ਰਚਨਾ ਨਾਲ ਰੂਬਰੂ ਕਰਨਾ ਹੈ ਇਸ ਤੋਂ ਇਲਾਵਾ ਉਸ ਨੂੰ ਪੂਰਾ ਨਾਵਲ ਪੜਨ ਲਈ ਪ੍ਰੇਰਿਤ ਕਰਨਾ ਵੀ ਹੈ ਸ਼ੈਲੀ ਬੋਲੀ ਅਤੇ ਮੁਹਾਵਰੇ ਪੱਖੋਂ ਪੂਰੀ ਤਰ੍ਹਾਂ ਪੰਜਾਬੀ ਹੋਣ ਦੇ ਬਾਵਜੂਦ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਵਿਦੇਸ਼ੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਝਲਕ ਜਿਉਂਦੀ ਤਿਉਂ ਕਾਇਮ ਰਹੇ ਤਾਂ ਜੋ ਪਾਠਕ ਇੱਕ ਬਖਰੀ ਧਰਤੀ ਬਖਰੇ ਲੋਕੀ ਅਤੇ ਬਖਰੀ ਜੀਵਨ ਜਾਂਚ ਦਾ ਸਵਾਦ ਚਖ ਸਕਣ ਪਾਠਕਾਂ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਉਹ ਇਸ ਰਚਨਾ ਦਾ ਪੂਰਾ ਆਨੰਦ ਮਾਣਨ ਲਈ ਇਸ ਨੂੰ ਉਸ ਸਮੇਂ ਦੇ ਸੰਦਰਭ ਵਿੱਚ ਹੀ ਦੇਖਣ ਅਤੇ ਮੰਨਣ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿਉਂਕਿ ਅੱਜ ਦੇ ਕੰਪਿਊਟਰ ਇੰਟਰਨੈਟ ਅਤੇ ਮੋਬਾਈਲ ਫੋਨਾਂ ਦੇ ਯੁੱਗ ਵਿੱਚ ਜਦ ਵੀ ਬੱਚਿਆਂ ਦਾ ਪਾਲਣ ਪੋਚਣ ਅਤੇ ਬਖਰੇਮ ਪਾਲਣ ਪੋਚਣਾ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਇੱਕ ਬਿਲਕੁਲ ਹੀ ਵੱਖਰੇ ਢੰਗ ਨਾਲ ਅਤੇ ਵੱਖਰੇ ਮਾਹੌਲ ਵਿੱਚ ਹੋ ਰਹੀ ਹੈ ਟਾਊਨ ਦੇ ਕਾਰਨਾਂਮੇ ਕੁਝ ਉਪਰੇ ਜਾਂ ਨਿਗੋਣੇ ਵੀ ਜਪ ਸਕਦੇ ਹਨ ਉਮੀਦ ਹੈ ਕਿ ਅੰਗਰੇਜ਼ੀ ਦੀਆਂ ਸਾਹਕਾਰ ਸਾਹਿਤਿਕ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕਰਨ ਦੇ ਸਾਡੇ ਇਸ ਨਿਮਾਣੇ ਜਿਹੇ ਯਤਨ ਨੂੰ ਸਾਡੇ ਪਹਿਲੇ ਅਨੁਵਾਦਾਂ ਵਾਂਗ ਹੀ ਭਰਪੂਰ ਹੰਗਾਰਾ ਮਿਲੇਗਾ ਥੈਂਕ ਯੂ ਜੀ ਪਹਿਲਾ ਅਧਿਆਏ ਅਗਲੇ ਪਾਰਟ ਦੇ ਵਿੱਚ